ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਰਹਾ ਰਾਹ ਸਾਹਿਬ ਜੀ ਦੇ ਸ਼ਬਦਾਂ ਤੇ ਉਹਦੀ ਵਿਆਖਿਆ ਕਰ ਰਹੇ ਹਾਂ ਅੱਜ ਉਸ ਦਾ ਜੋ ਸ਼ਬਦ ਅਸੀਂ ਪਹਿਲਾਂ ਸ਼ੁਰੂ ਕੀਤਾ ਹੋਇਆ ਸੀ ਦੁਖਦਾਰੂ ਸੁਖ ਰੋਗ ਪਿਆ ਪਿਛਲੇ ਜੋ ਆਪਣੀ ਕਥਾ ਦੀ ਵਿਚਾਰ ਹੋਈ ਸੀ ਉਹਦੇ ਵਿੱਚ ਆਪਾਂ ਕੀਤਾ ਸੀ ਕਿ ਦੁੱਖ ਕਿੰਨੀ ਤਰ੍ਹਾਂ ਦੇ ਹਨ ਦੁਖਦਾਰੂ ਕਿਵੇਂ ਬਣ ਸਕਦੇ ਹਨ ਅੱਜ ਇਹ ਦੇਖਾਂਗੇ ਅੱਜ ਇਸ ਸ਼ਬਦ ਦੀ ਪੂਰੀ ਵਿਚਾਰ ਕਰਾਂਗੇ ਜੀ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਂ ਨਾ ਹੋਈ ਦੁੱਖ ਚਾਹਦਾ ਕੋਈ ਵੀ ਨਹੀਂ ਪਰ ਸੁਖ ਤੇ ਦੁੱਖ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਦੁੱਖ ਸਾਨੂੰ ਵਿਚਲਿਤ ਕਰਦਾ ਹੈ ਤੜਪਾਂਦਾ ਹੈ ਪਰ ਦੁੱਖ ਵਿੱਚ ਜਦੋਂ ਕਦੇ ਅਸੀਂ ਸਿਮਰਨ ਕਰੀਏ ਇਹ ਹੈ ਤਾਂ ਬੜਾ ਮੁਸ਼ਕਿਲ ਕਿਉਂਕਿ ਉਸ ਸਮੇਂ ਨਾ ਦੁੱਖ ਦੀਆਂ ਤਰੰਗਾਂ ਇੰਨੀਆਂ ਘੋਟਦੀਆਂ ਹਨ ਇੱਕ ਇੱਕ ਤੁਕ ਪੜਨ ਤੋਂ ਬਾਅਦ ਦੁੱਖ ਫਿਰ ਪੀੜਿਤ ਕਰਦਾ ਹੈ ਫਿਰ ਚੇਤੇ ਆਂਦਾ ਹੈ ਪਰ ਜੇ ਬੰਦਾ ਸੱਚ ਮੁੱਚ ਉਸ ਸਮੇਂ ਦੁੱਖ ਵਿੱਚ ਪਰਮਾਤਮਾ ਨੂੰ ਪੁਕਾਰੇ ਫਿਰ ਉਸ ਦੁੱਖ ਵਿੱਚੋਂ ਜਿਹੜਾ ਅੰਦਰ ਦਾ ਸੁੱਖ ਨਿਕਲੇਗਾ ਜਾਂ ਸੁੱਖ ਤਾਂਮ ਨ ਹੋਈ ਉਸ ਸੁੱਖ ਵਿੱਚੋਂ ਭਾਵੇਂ ਸਰੀਰ ਦਾ ਦੁੱਖ ਵੀ ਪੈਦਾ ਹੋ ਜਾਏ ਬੰਦੇ ਉੱਤੇ ਉਹ ਕਦੀ ਅਸਰ ਨਹੀਂ ਕਰੇਗਾ ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਮਾਂ ਪੁਰਖਾਂ ਵੱਲ ਉਹਨਾਂ ਭਗਤਾਂ ਵੱਲ ਵਿਖੀਏ ਜਿਨ੍ਹਾਂ ਨੇ ਦੁੱਖਾਂ ਨੂੰ ਬਹੁਤਾ ਹੰਡਾਇਆ ਹੈ ਕਈ ਵਾਰੀ ਅਸੀਂ ਕਹਿ ਦਿੰਨੇ ਆ ਅਨਜਾਨ ਪੁਨੇ ਵਿੱਚੀ ਇਹ ਸਾਨੂੰ ਇਕੱਲੇ ਨੂੰ ਹੀ ਦੁੱਖ ਦਿੱਤਾ ਰੱਬ ਨੇ ਕਿ ਰੱਬ ਨੂੰ ਮੈਂ ਹੀ ਮਿਲਿਆ ਸੀ ਇੱਕ ਐਗਜ਼ਾਮਪਲ ਹੈ ਜੇ ਸਾਡੇ ਸਾਹਮਣੇ ਇੱਕ ਟੈਨਿਸ ਦਾ ਖਿਡਾਰੀ ਹੋਇਆ ਹੈ ਵਰਲਡ ਚੈਂਪੀਅਨ ਉਹਦਾ ਨਾਮ ਆਰਥਰ ਐਸ਼ ਹੈ ਇਸ ਨੂੰ ਬੜੀ ਭਿਆਨਕ ਬਿਮਾਰੀ ਲੱਗ ਗਈ ਪਿਆਰ ਕਰਨ ਵਾਲਿਆਂ ਨੇ ਹਮਦਰਦੀ ਭਰੇ ਪੱਤਰ ਭੇਜੇ ਕਈ ਸੁਨੇਹੇ ਆਏ ਇੱਕ ਬੰਦੇ ਦੀ ਨੇ ਚਿੱਠੀ ਪਾਈ ਐਸ਼ ਮੈਂ ਤੇਰੀ ਬਿਮਾਰੀ ਕਰਕੇ ਬਹੁਤ ਦੁਖੀ ਹੋਇਆ ਹਾਂ ਪਰ ਮੇਰੇ ਮਨ ਵਿੱਚ ਪਰਮਾਤਮਾ ਪ੍ਰਤੀ ਬੜੇ ਫੁਰਨੇ ਬਣ ਰਹੇ ਹਨ ਤੂੰ ਇਸ ਦੁਨੀਆ ਵਿੱਚ ਇੱਕੋ ਇੱਕ ਖਿਡਾਰੀ ਜੋ ਸੰਸਾਰ ਦਾ ਚੈਂਪੀਅਨ ਤੇ ਇਸ ਖਿਡਾਰੀ ਨੂੰ ਇੰਨੀ ਵੱਡੀ ਬਿਮਾਰੀ ਰੱਬ ਨੇ ਲਗਾ ਦਿੱਤੀ ਰੱਬ ਨੇ ਤੈਨੂੰ ਹੀ ਕਿਉਂ ਚੁਣਿਆ ਇੰਨੇ ਅਰਬਾਂ ਬੰਦਿਆਂ ਵਿੱਚੋਂ ਰੱਬ ਨੂੰ ਇੱਕ ਤੂੰ ਹੀ ਮਿਲਿਆ ਸੀ ਐਸ਼ ਨੇ ਉਹ ਪత్రికਾ ਪੜ੍ਹੀ ਉਸ ਬੰਦੇ ਦਾ ਐਡਰੈਸ ਲੱਭਿਆ ਤੇ ਉਸ ਨੂੰ ਜੋ ਉਹਨੇ نیچے ਦਿੱਤਾ ਹੋਇਆ ਸੀ ਨਾਂ ਉਸ ਨੂੰ ਮੋੜ ਪੱਤਰ ਲਿਖਿਆ ਉਸ ਦੇ ਉੱਤਰ ਵਿੱਚ ਲਿਖਿਆ ਹੈ ਕਹਿੰਦਾ ਜਿਹੜਾ ਮੇਰਾ ਫੀਲਡ ਹੈ ਨਾ ਟੈਨਿਸ ਦਾ तकरीबन 5 ਕਰੋੜ ਬੱਚਾ ਹਰ ਸਾਲ ਟੈਨਿਸ ਸਿੱਖਣਾ ਸ਼ੁਰੂ ਕਰਤਾ ਹੈ ਇਹਨਾਂ ਵਿੱਚੋਂ ਅੱਗੇ ਚੱਲ ਕੇ 5 ਕੁ ਲੱਖ ਜਿਹੜੇ ਹਨ ਉਹ ਰੈਗੂਲਰ ਸਿੱਖਦੇ ਰਹਿੰਦੇ ਹਨ ਫਿਰ 50 ਲੱਖ ਵਿੱਚੋਂ 5 ਕੁ ਹਜ਼ਾਰ ਮੁਕਾਬਲੇ ਲਈ ਅੱਗੇ ਆਉਂਦੇ ਹਨ ਜਿਹੜੇ ਕੰਪੀਟੀਸ਼ਨ ਵਿੱਚ ਜਾ ਕੇ ਲੜਦੇ ਹਨ ਖੜੇ ਹੁੰਦੇ ਹਨ ਫਿਰ 50 ਕੁ ਬੰਦੇ ਇੰਟਰਨੈਸ਼ਨਲ ਮੁਕਾਬਲੇ ਤੇ ਆਉਂਦੇ ਹਨ ਇਹਨਾਂ 5 ਕੁ ਹਜ਼ਾਰ ਵਿੱਚੋਂ ਕੇਵਲ 50 ਬੰਦੇ ਹੁੰਦੇ ਹਨ ਜਿਹੜੇ ਇੰਟਰਨੈਸ਼ਨਲ ਮੁਕਾਬਲੇ ਵਿੱਚ ਚੁਣੇ ਜਾਂਦੇ ਹਨ ਇੰਟਰਨੈਸ਼ਨਲ ਖੇਡਣ ਵਾਸਤੇ ਫਿਰ ਉਹਨਾਂ 50 ਵਿੱਚੋਂ 4 ਕੁ ਸੈਮੀਫਾਈਨਲਸ ਪਹੁੰਚਦੇ ਹਨ 2 ਕੁ ਫਾਈਨਲ ਵਿੱਚ ਤੇ ਕਰੋੜਾਂ ਵਿੱਚੋਂ 1 ਮੈਂ ਹਾਂ ਜੋ ਫਾਈਨਲ ਖੇਡ ਕੇ ਚੈਂਪੀਅਨ ਬਣ ਗਿਆ ਕਹਿੰਦਾ ਮੈਂ ਰੱਬ ਨੂੰ ਕਦੇ ਇਹ ਸਵਾਲ ਹੀ ਨਹੀਂ ਕੀਤਾ ਕਿ ਕਰੋੜਾਂ ਬੰਦੇ ਟੈਨਿਸ ਖੇਡਦੇ ਨੇ ਤੂੰ ਮੈਨੂੰ ਇਕੱਲੇ ਨੂੰ ਕਿਉਂ ਚੁਣਿਆ ਵਿਸ਼ਵ ਚੈਂਪੀਅਨ ਬਣਾਉਣ ਵਾਸਤੇ ਜੇ ਕਰੋੜਾਂ ਵਿੱਚੋਂ ਮੈਨੂੰ ਟੈਨਿਸ ਦਾ ਵਿਸ਼ਵ ਚੈਂਪੀਅਨ ਬਣਾਇਆ ਤਾਮੀ ਉਹਦਾ ਸ਼ੁਕਰ ਤੇ ਜੇ ਕਰੋੜਾਂ ਵਿੱਚੋਂ ਲੱਭ ਕੇ ਮੈਨੂੰ ਉਹਨੇ ਬਿਮਾਰੀ ਦੇ ਦਿੱਤੀ ਹੈ ਤਾਂ ਵੀ ਉਹਦਾ ਸ਼ੁਕਰ ਹੈ ਸੰਗਤ ਜੀ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਤੇ ਵੀ ਨਹੀਂ ਕਿਹਾ ਕਿ ਸਿਮਰਨ ਕਰਨ ਵਾਲੇ ਨੂੰ ਦੁੱਖ ਨਹੀਂ ਆਂਦਾ ਸਤਿਗੁਰ ਕਹਿੰਦੇ ਹਨ ਦੁੱਖ ਆਂਦਾ ਹੈ ਪਰ ਦੁੱਖ ਪੌਂਦਾ ਨਹੀਂ ਹੈ ਇਸ ਕਰਕੇ ਗੁਰਗ੍ਰੰਥ ਸਾਹਿਬ ਜੀ ਵਿੱਚ ਬੋਲ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਉਹਨੂੰ ਦੁੱਖ ਆਇਆ ਹੈ ਪਰ ਉਹਨੇ ਦੁੱਖ ਨੂੰ ਦੁੱਖ ਮੰਨਿਆ ਹੀ ਨਹੀਂ ਉਹ ਕਹਿੰਦੇ ਦੁੱਖ ਦਵਾਈ ਹੈ ਮੇਰੀ ਦੁੱਖ ਮੇਰੀ ਮੰਜ਼ਿਲ ਤੇ ਪਹੁੰਚਾਉਣ ਵਾਸਤੇ ਇੱਕ ਮਾਰਗ ਹੈ ਮਹਾਰਾਜ ਕਹਿੰਦੇ ਹਨ ਸੁਖ ਦੁਖ ਜੈ ਪਰ ਸਹਿ ਨਹੀਂ ਲੋਭ ਮੋਹ ਅਭਿਮਾਨ ਕਹ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਰੱਬ ਦੀ ਮੂਰਤ ਬਣ ਜਾਂਦਾ ਹੈ ਜਿਹੜਾ ਦੁੱਖ ਵਿੱਚ ਵੀ ਦੁੱਖ ਦਾ ਅਸਰ ਨਹੀਂ ਕਬੂਲਦਾ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿੱਥੇ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ ਜਿਸ ਦੇ ਅੰਦਰ ਨਾਮ ਦਾ ਪ੍ਰਗਾਸ ਹੈ ਉਸ ਨੂੰ ਦੁੱਖ ਨਹੀਂ ਵਿਆਪਦਾ ਫੁਰਮਾਨ ਹੈ ਜੇ ਸੁਖ ਦੇਹ ਤਾ ਤੁਝੇ ਆਰਾਧੀ ਦੁੱਖ ਪੀ ਤੁਝੇ ਧਿਆਈ ਜਾਂ ਇੱਕ ਹੋਰ ਫੁਰਮਾਨ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਫੁਰਮਾਨ ਤੇਰਾ ਸਿਰ ਉੱਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੇ ਤੇ ਨਿਸਤਾਰ ਬੰਦੇ ਬੰਦਗੀ ਇਕਤਿਆਰ ਸਾਹਿਬ ਰੋਸ ਧਰੋਂ ਕੇ ਪਿਆਰ ਜਿੜਕ ਮਾਰ ਲੈ ਭਾਵੇਂ ਸੀਨੇ ਨਾਲ ਲਾ ਲੈ ਗੁਰੂ ਸਾਹਿਬ ਨੇ ਇਹ ਸਿਖਾਇਆ ਹੈ ਪਰ ਅਸੀਂ ਗੁਰੂ ਤੋਂ ਦੂਰ ਭਜਦੇ ਹਾਂ ਪਦਵੀ ਲੈਣੀ ਪੈਸਾ ਕਮਾਣਾ ਸ਼ੋਹਰਤ ਕਮਾ ਲੈਣੀ ਪੁੱਤਰ ਧੀਆਂ ਸਾਰੀਆਂ ਨਿਆਮਤਾ ਲੈਣੀਆਂ ਪਰ ਅਸੀਂ ਆਪਣੇ ਮਨ ਨੂੰ ਇਹ ਦੱਸਿਆ ਹੀ ਨਹੀਂ ਕਿ ਜੇ ਤੈਨੂੰ ਪੁੱਤਰ ਮਿਲਿਆ ਹੈ ਤਾਂ ਇਸ ਦੀ ਮੋਤ ਵੀ ਹੋ ਸਕਦੀ ਹੈ ਜੇ ਤੂੰ ਅੱਜ ਅਰਬਾ ਪਤੀ ਹੈ ਤਾਂ ਕੱਲ ਨੂੰ ਪਾਈ ਮੰਜ ਦੀ ਤਰ੍ਹਾਂ ਕਿਸੇ ਦੀ ਨੌਕਰੀ ਵੀ ਕਰਨੀ ਪੈ ਸਕਦੀ ਹੈ ਗੁਰੂ ਗੋਬਿੰਦ ਸਿੰਘ ਜੀ ਕੋਲ ਅਜ ਚਾਰੇ ਪੁੱਤਰ ਅਨੰਦ ਸਹਿਬ ਵਿੱਚ ਹਨ ਤੇ ਤਿੰਨ ਦਿਨਾਂ ਵਿੱਚ ਚਾਰਾਂ ਨੇ ਸ਼ਹਾਦਤ ਦਾ ਜਾਮ ਪੀ ਜਾਣਾ ਹੈ ਪਰ ਅਸੀਂ ਭਜਦੇ ਹਾਂ ਬਾਬਿਆਂ ਪਿੱਛੇ ਕਿ ਉਸ ਨੇ ਉਸ ਦਾ ਦੁੱਖ ਕਟਿਆ ਹੈ ਮੇਰਾ ਵੀ ਦੁੱਖ ਉਤੇ ਕੋਲ ਕਟਿਆ ਜਾਏਗਾ ਪਰ ਉਹਨਾਂ ਦੇ ਘਰ ਤੇ ਪਹੁੰਚ ਜਾਂਦੇ ਹਾਂ ਪਰ ਨਹੀਂ ਪਿਆਰਿਓ ਐਸਾ ਨਹੀਂ ਜਦੋਂ ਦੁੱਖਦਾਰੂ ਵਿੱਚੋਂ ਸੁੱਖ ਨਿਕਲਦਾ ਹੈ ਉਸ ਸੁੱਖ ਨੂੰ ਫਿਰ ਦੁੱਖ ਪਾਉਂਦਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੁੱਖ ਪਹੁੰਚ ਸਕਿਆ 9 ਚਾਰ ਚੁਫੇਰੇ ਆਇਆ ਕਿਰੇ ਪਏ ਹਨ ਪਰ ਸਾਹਿਬ ਕਹਿੰਦੇ ਹਨ ਨਾ ਸਾਜ਼ੋ ਨਾ ਬਾਜ਼ੋ ਨਾ ਫੈਜ਼ੋ ਨਾ ਫਰਸ਼ ਖੁਦਾਵੰਦ ਖੁਦਾਵੰਦ ਬਖਸ਼ਿੰਦੇ ਐਸ਼ ਅਰਸ਼ ਐਡੀ ਵੱਡੀ ਕੋਈ ਸਿੰਘਾਸਨ ਦੀ ਵੀ ਕੋਈ ਨਹੀਂ ਫੋਜ ਵੀ ਨਹੀਂ ਉੱਤਰ ਵੀ ਕੋਈ ਨਹੀਂ ਸਿੱਖ ਵੀ ਕੋਈ ਨਹੀਂ ਪਰ ਜ਼ਮੀਨ ਤੇ ਬੈਠੇ ਕਹਿ ਰਹੇ ਹਨ ਨਾ ਸਾਜ਼ੋ ਨਾ ਬਾਜ਼ੋ ਨਾ ਫੈਜ਼ੋ ਨਾ ਫਰਸ਼ ਖੁਦਾਵੰਦ ਬਖਸ਼ਿੰਦੇ ਐਸ਼ ਅਰਸ਼ ਰੱਬ ਨੇ ਮੈਨੂੰ ਅੰਦਰ ਦਾ ਸੁੱਖ ਬਖਸ਼ਿਆ ਹੈ ਗੁਰੂ ਨੇ ਸੁਖ ਦੁਖ ਨੂੰ ਬਰਾਬਰ ਰੱਖ ਕੇ ਕਿਹਾ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜ਼ਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਸੋਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜ ਦਾ ਸਾਨੂੰ ਸੱਥਰ ਚੰਗਾ ਪਟ ਖੇੜਿਆਂ ਦਾ ਰਹਿਣਾ ਜਾਂ ਸੁਖ ਤਾਮ ਨਾ ਹੋਈ ਆ ਜਿੰਨੇ ਅਸੀਂ ਕੱਲੂਕਾਰੇ ਵੇਖੇ ਹਾਂ ਜੀ ਸਿੱਖ ਧਰਮ ਵਿੱਚ ਤਿੰਨ ਵੱਡੇ ਕੱਲੂਕਾਰੇ ਹੋਏ ਹਨ ਛੋਟਾ ਕੱਲੂਕਾਰਾ ਜੋ 1742 ਇਸਵੀ ਵਿੱਚ ਹੋਇਆ ਸੀ ਲਗਭਗ 15000 ਸਿੱਖ ਇਹਦੇ ਵਿੱਚ ਸ਼ਹੀਦ ਕੀਤੇ ਗਏ ਸਨ ਕਨੂਵਾਂ ਜ਼ਿਲ੍ਹੇ ਦੇ ਵਿੱਚ ਹੋਇਆ ਸੀ ਦੂਸਰਾ ਵੱਡਾ ਕੱਲੂਕਾਰਾ ਜੋ 1763 ਇਸਵੀ ਵਿੱਚ ਹੋਇਆ ਉਪਰਹੀੜੇ ਦਾ 35000 ਦੇ ਕਰੀਬ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਤੀਸਰਾ ਕੱਲੂਕਾਰਾ ਤਾਂ ਬਹੁਤ ਨੇੜੇ ਦੀ ਗੱਲ 1984 ਵਿੱਚ ਇਸ ਨੂੰ ਵੀ ਅਸੀਂ ਕੱਲੂਕਾਰੇ ਦਾ ਨਾਮ ਦਿੰਦੇ ਹਾਂ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸ਼ਹੀਦ ਹੋਏ ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਔਰ ਤਾਂ ਸਭ ਪਰ ਗੁਰੂ ਸਾਹਿਬ ਕੀ ਸਿਖਾ ਰਹੇ ਹਨ ਕਹਿੰਦੇ ਹਨ ਜਿਵੇਂ কুমਿਹਾਰ ਪਾਂਡੇ ਨੂੰ ਬਾਹਰੋਂ ਕੜਦਾ ਹੈ ਤਾਂ ਵੇਖਣ ਵਾਲੇ ਨੂੰ ਲੱਗਦਾ ਹੈ ਇੰਨੀ ਮਿਹਨਤ ਕਰਕੇ ਵੀ ਪਾਂਡਾ ਤੋੜਨ ਤੇ ਤੁਲਿਆ ਹੋਇਆ ਹੈ ਪਰ ਸਿਆਣੇ ਕਹਿੰਦੇ ਨੇ ਨਹੀਂ ਇਹ ਬਾਹਰੋਂ ਸੱਟਾਂ ਮਾਰਦਾ ਹੈ ਪਰ ਅੰਦਰੋਂ ਸਹਾਰਾ ਵੀ ਦਿੰਦਾ ਹੈ ਭਾਈ ਵੀਰ ਸਿੰਘ ਕਹਿੰਦੇ ਹਨ ਜਿਵੇਂ ਕੁਕੜੀ ਦੇ ਛੋਟੇ-ਛੋਟੇ ਬੱਚਿਆਂ ਨੂੰ ਉੱਪਰੋਂ ਇਲ ਪੈਂਦੀ ਹੈ ਨਾ ਤਾਂ ਉਹਦਾ ਜਦੋਂ ਪਰਛਾਵਾਂ ਵੀ ਉਹਨਾਂ ਦੇ ਉੱਪਰ ਆ ਪੈਂਦਾ ਹੈ ਤਾਂ ਉਹ ਨਿੱਕੇ-ਨਿੱਕੇ ਚੂਚੇ ਮਾਂ ਦੇ ਖੰਭਾਂ ਵਿੱਚ ਆ ਕੇ ਛੁੱਪ ਜਾਂਦੇ ਹਨ ਜਦੋਂ ਦੁੱਖ ਦਾ ਪਰਛਾਵਾਂ ਆਂਦਾ ਹੈ ਉਦੋਂ ਗੁਰੂ ਨਾਨਕ ਦੇ ਸ਼ਬਦ ਖੰਭ ਥਲੇ ਲੁਕ ਜਾਣਾ ਚਾਹੀਦਾ ਹੈ ਹਮੇਸ਼ਾ ਇਹ ਨਾ ਸਮਝੋ ਕਿ ਸਿਮਰਨ ਵਾਲੇ ਨੂੰ ਸਦਾ ਸਨਮਾਨਿਤ ਹੀ ਕੀਤਾ ਜਾਏਗਾ ਉਹਨੂੰ ਹਮੇਸ਼ਾ ਸੁਖ ਹੀ ਮਿਲੇਗਾ ਆਦਰ ਸਤਕਾਰ ਹੀ ਮਿਲੇਗਾ ਸਾਡਾ ਤਾਂ ਸਾਰਾ ਇਤਿਹਾਸ ਸ਼ਹੀਦਿਆਂ ਨਾਲ ਭਰਿਆ ਪਿਆ ਹੈ ਸਿਮਰਨ ਕਰਨ ਵਾਲਿਆਂ ਨੂੰ ਤਾਂ ਅਤ ਦੇ ਤਸੀਹੇ ਦਿੱਤੇ ਜਾਂਦੇ ਹਨ ਜਿਵੇਂ ਬੱਚੇ ਨੂੰ ਜਦੋਂ ਕੋਈ ਦੁੱਖ ਆਂਦਾ ਹੈ ਤਾਂ ਭੱਜ ਕੇ ਮਾਂ ਦੀ ਬੁੱਕਲ ਦੇ ਵਿੱਚ ਵੜ ਜਾਂਦਾ ਹੈ ਉਹਦੇ ਕੋਲ ਆ ਕੇ ਉਹਦੀਆਂ ਲੱਤਾਂ 'ਚ ਵੜੇਗਾ ਉਹਨੂੰ ਘੁੱਟ ਕੇ ਲੱਤਾਂ ਨੂੰ ਫੜ ਲੈਂਦਾ ਹੈ ਤੇ ਜਦੋਂ ਸਿਮਰਨ ਕਰਨ ਵਾਲੇ ਨੂੰ ਦੁੱਖ ਆਂਦਾ ਹੈ ਨਾ ਤਾਂ ਉਹ ਵੀ ਗੁਰੂ ਦੇ ਚਰਨ ਘੁੱਟ ਕੇ ਪਕੜ ਲੈਂਦਾ ਹੈ ਜਿਵੇਂ ਮੀਰ ਮੰਨੂ ਦੀ ਜੇਲ੍ਹ ਹੈ ਸਵਾ ਸਵਾ ਮਣ ਦਾ ਪੀਸਣ ਹੈ ਦੁੱਧ ਚੁੰਗਦੇ ਬੱਚੇ ਕਿੰਨੀ ਕੁਮਰ ਹੋਏਗੀ 6 ਮਹੀਨੇ ਸਾਲ ਹੱਦ ਡੇਢ ਸਾਲ ਬੱਚਿਆਂ ਨੂੰ ਮਾਵਾਂ ਕੋਲੋਂ ਖੋ ਕੇ ਹਵਾ ਵਿੱਚ ਸੁਟਿਆ ਜਾਂਦਾ ਹੈ ਤੇ ਥੱਲਿਓਂ ਵਰਛਾ ਦੇ ਕੇ ਬੱਚੇ ਦੀ ਬਾਡੀ ਵਿੱਚੋਂ ਆਰ-ਪਾਰ ਕਰ ਦਿੱਤਾ ਜਾਂਦਾ ਹੈ ਬੱਚਾ ਤੜਪਦਾ ਹੈ ਹੱਥ ਪੈਰ ਹਿਲਦੇ ਹਨ ਰੋਂਦਾ ਵੀ ਹੋਏਗਾ ਜਿੱਕਾ ਵੀ ਮਰਦਾ ਹੋਏਗਾ ਮਾਂ ਦੀਆਂ ਅੱਖਾਂ ਸਾਹਮਣੇ ਪਰ ਮਾਂ ਸਭ ਕੁਝ ਦੇਖਦੀ ਵੀ ਹੈ ਤੇ ਗੁਰੂ ਗੁਰੂ ਕਰੀ ਜਾਂਦੀ ਹੈ ਮਨ ਨਾ ਡਿਗੈ ਤਨ ਕਾਹੇ ਕੋ ਡਰਾਈ ਕੀ ਭਗਤਾਂ ਨੂੰ ਤਸੀਹੇ ਨਹੀਂ ਦਿੱਤੇ ਗਏ ਮਾਂ ਵੇਖਦੀ ਹੈ ਬੱਚੇ ਦੇ ਹੱਥ ਹਿਲਦੇ ਨੇ ਪੈਰ ਹਿਲਦੇ ਨੇ ਰੋ ਰਿਹਾ ਹੈ ਜ਼ਾਲਮ ਦਾ ਅੰਦਰ ਪੱਥਰ ਹੈ ਜ਼ਿੱਦ ਹੈ ਮਾਂ ਦੀਆਂ ਅੱਖਾਂ ਚੋਂ ਪਾਣੀ ਕੱਢਣਾ ਹੈ ਉਸੇ ਬੱਚੇ ਨੂੰ ਟੁਕੜੇ ਕਰਦਾ ਹੈ ਉਹਦੀਆਂ ਅੰਦਰਾਂ ਦੇ ਨਾਲ ਖੰਜਰ ਮਾਰ ਮਾਰ ਕੇ ਉਹਨਾਂ ਦਾ ਹਾਰ ਬਣਾਉਂਦਾ ਹੈ ਤੇਰੋ ਹਾਰ ਮਾਂ ਦੇ ਗਲ ਵਿੱਚ ਪਾ ਦਿੰਦਾ ਹੈ ਉਹ ਹਾਰ ਮਾਂ ਨੇ ਗਲ ਵਿੱਚ ਪਾਇਆ ਹੈ ਨਾਲ ਨਾਲ ਚੱਕੀ ਪੀਸਦੀ ਹੈ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਦੀ ਹੈ ਤ्यों ਹੀ ਅਰਦਾਸ ਜੋ ਉਦੋਂ ਸੀ ਅੱਜ ਵੀ ਹੈ ਤੇਰੇ ਬਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਕਿਰਪਾ ਕਰੀ ਚਾਰ ਪਹਿਰ ਰਹਿਣ ਸੁੱਖ ਦੀ ਬਤੀਤ ਹੋਵੇ ਇੱਥੇ ਸੰਗਤ ਜੀ ਅਸੀਂ ਇਹ ਨੁਕਤਾ ਸਮਝਣਾ ਹੈ ਦੁੱਖ ਇਹ ਨਹੀਂ ਕਿ ਦੁੱਖ ਹੈ ਨਹੀਂ ਦੁੱਖ ਹੈ ਪਰ ਤਾਰੂ ਬਣ ਕੇ ਆਇਆ ਹੈ ਦੁੱਖ ਦਵਾਈ ਬਣ ਜਾਂਦਾ ਹੈ ਦੁੱਖ दारू ਦੁੱਖ ਲਾਗੇ RAM ਪੁਕਾਰਾ ਹੈ ਤੇ ਸੁਖ ਰੋਗ ਪਿਆ ਸੁਖ ਜੋ ਹੈ ਉਹ ਬਿਮਾਰੀ ਬਣ ਗਿਆ ਜਦੋਂ ਵੱਡਾ ਘਰ ਸੀ ਵੱਡਾ ਘਰ ਵੱਡਾ ਨਹੀਂ ਸੀ ਇੱਕ ਹਵਾ ਦਾ ਬੁੱਲਾ ਵੀ ਆਂਦਾ ਸੀ ਨਾ ਬਾਹਰ ਸੁੱਤੇ ਹੋਿਆਂ ਨੂੰ ਉਹ ਉਠਾ ਕੇ ਜਾਂਦਾ ਸੀ ਤੇ ਬੰਦਾ ਉੱਠ ਕੇ ਕੀ ਕਹਿੰਦਾ ਉਠ ਮਨਾ ਸਮਾਂ ਹੋ ਗਿਆ ਹੁਣ ਗੁਰਦੁਆਰੇ ਚਲੀਏ ਪਰ ਅੱਜ ਘਰ ਬਹੁਤ ਵੱਡਾ ਹੈ ਸਾਰੇ ਐਸ਼ੋ ਆਰਾਮ ਹਨ ਇਸੀ ਰੂਮ, ਇਸੀ ਗੱਡੀਆਂ ਪਰ ਗੁਰਦੁਆਰੇ ਜਾਣਾ ਤਾਂ ਦੂਰ ਆਖੀ ਨਹੀਂ ਖੁੱਲਦੀ ਜਲਦੀ ਕਿਤੇ ਜਾ ਕੇ ਅੰਮ੍ਰਿਤ ਵੇਲਾ ਤਾਂ ਸੰਭਾਲਣਾ ਕਿਤੇ ਦੂਰ ਰਹਿ ਗਿਆ ਗੁਰੂ ਸਾਹਿਬ ਕਹਿੰਦੇ ਹਨ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਸਾਰੀ ਸ੍ਰਿਸ਼ਟੀ ਦਾ ਰਾਜਾ ਦੁਖੀ ਹੈ ਪਰ ਸੁਖੀ ਕਿਵੇਂ ਹੋ ਸਕਦਾ ਹੈ ਹਰ ਕੋ ਨਾਮ ਜਪਤ ਹੋਵੇ ਸੁਖੀਆ ਦੁਖਦਾਰੂ ਦੁਖ ਆਵੇ ਸਿਮਰਨ ਨਾ ਛੱਡੀਏ ਸੁਖ ਰੋਗ ਬਿਆ ਉਸ ਤੋਂ ਬਾਅਦ ਗੁਰੂ ਸਾਹਿਬ ਕਹਿ ਰਹੇ ਹਨ ਜਾਂ ਸੁਖ ਜਦੋਂ ਆਤਮਕ ਸੁਖ ਮਿਲਿਆ ਤਾਮ ਨਾ ਹੋਈ ਉਦੋਂ ਫਿਰ ਦੁੱਖ ਪੌਂਦਾ ਨਹੀਂ ਹੈ ਤੂੰ ਕਰਤਾ ਕਰਨਾ ਮੈਂ ਨਹੀਂ ਤੂੰ ਇੱਥੇ ਸੰਬੋਧਨ ਹੈ ਪਰਮਾਤਮਾ ਨੂੰ ਕਰਤਾ ਜੋ ਕਰਨ ਹਾਰ ਹੈ ਰਚੈਤਾ ਹੈ ਰਚ ਰਹੇ ਸਾਰੀ ਸ੍ਰਿਸ਼ਟੀ ਦਾ ਰਚਤਾ ਰਚਨਹਾਰ ਪਰਮਾਤਮਾ ਆਪ ਹੈ ਤੂੰ ਕਰਤਾ ਕਰਨਾ ਕਰਤਾ ਕਰਨਾ ਮਿਲ ਕੇ ਨਾਲ ਸ਼ਬਦ ਆਇਆ ਹੈ ਜੀ ਇਸ ਦਾ ਮਤਲਬ ਹੈ ਕਿ ਕਰਨ ਵਾਲਾ ਮੈਂ ਨਹੀਂ ਮੈਂ ਕੁਝ ਵੀ ਨਹੀਂ ਮੇਰੀ ਕੋਈ ਹਸਤੀ ਹੀ ਨਹੀਂ ਭਾਵ ਪਰਮਾਤਮਾ ਹੀ ਸਭ ਕੁਝ ਕਰਨ ਵਾਲਾ ਹੈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹਾਂ ਕਰੀ ਨਾ ਹੋਈ ਜੇ ਮੈਂ ਕੁਝ ਕਰਨ ਦਾ ਯਤਨ ਵੀ ਕਰਾਂ ਮੇਰੇ ਕੋਲ ਤਾਂ ਕੋਈ ਸਮਰੱਥਾ ਹੀ ਨਹੀਂ ਹੈ ਮੇਰੇ ਕੋਲ ਕੋਈ ਤਾਕਤ ਹੀ ਨਹੀਂ ਹੈ ਕਿ ਮੈਂ ਕੁਝ ਕਰ ਸਕਾਂ ਕੀਤਾ ਕਰਨਾ ਸਰਬ ਰਜਾਈ ਕਿ ਚਕੀਚਾ ਜੇ ਕਰ ਸਕੀਐ ਆਪਣਾ ਕੀਤਾ ਕਿਛੁ ਨਾ ਹੋਵੇ ਜੋ ਹਰ ਪਾਵੇ ਤਿਉ ਰਖੀਐ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕੈ ਜੋ ਪਾਵੈ ਤਿਵੇਂ ਬਖਸ਼ ਤੂੰ ਕਰਤਾ ਕਰਣਾ ਮੈਂ ਨਹੀਂ ਮੈਂ ਕੁਝ ਵੀ ਨਹੀਂ ਤੂੰ ਹੀ ਕਰਤਾ ਹੈ ਤੂੰ ਹੀ ਕਰਨ ਦੇ ਸਮਰਥ ਹੈ ਜਾ ਹੋ ਕਰੀ ਨਾ ਹੋਈ ਜੇ ਮੈਂ ਕੁਝ ਕਰਨ ਦਾ ਯਤਨ ਵੀ ਕਰਾਂ ਤਾਂ ਵੀ ਕੁਝ ਨਹੀਂ ਕਰ ਸਕਦਾ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸ਼ਰੀਰ ਪਰ ਅਸੀਂ ਕੀ ਕਰਦੇ ਹਾਂ ਜੀ ਅਸੀਂ ਤਾਂ ਚੰਗਾ ਕੰਮ ਤਾਂ ਆਪਣੇ ਜਿੰਮੇ ਲੈ ਲੈਂਦੇ ਹਾਂ ਮਾੜੇ ਕੰਮ ਰੱਬ ਨੂੰ ਦੇ ਦਿੰਦੇ ਹਾਂ 댐 બનાયા તા મે બનાયા હે હર અડ લેકે આયા તા પરમાત્મા ને લેંદા હે રબ ને લેંદા હે બંદગી વાલા કેંદા હે મે કુછ કીતા હી નહીં હમ કિયા હમ કરેંગે હમ મૂરખ ગાવાર કરને વાલા વિસર્યા દુજે પાએ પ્યાર પર કબીરજી કી કેંદે હન ના હમ કિયા ના કરેંગે ના કર સકે શરીર ક્યા જાનુ ક્યા હર કિયા પયો કબીર કબી જે ઓડા લડ ફડ લેયા તે ના મો આપે જ પાએગા શૌર તો આપે દેગા परमात्मा ਦੇ ਹੱਥ ਵਿੱਚ ਸਭ ਕੁਝ ਹੈ। ਤੋ ਸਭ ਕੁਝ ਕਰਨ ਵਾਲਾ ਹੈ। ਭਗਤ ਨਾਮਦੇਵ ਜੀ ਕਹਿੰਦੇ ਹਨ ਮੇਰਾ ਕੀਆ ਕਛੂ ਨਾ ਹੋਏ ਕਰੇ ਹੈ ਰਾਮ ਹੋਏ ਹੈ ਸੋਏ। ਗੁਰਗੰਸਾਹਿਬ ਜੀ ਵਿੱਚ ਫੁਰਮਾਨ ਹੈ ਜੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਬਲੇਹਾਰੀ ਬਹੁਤ ਗਹਿਰਾ ਸ਼ਬਦ ਹੈ ਜੀ ਮੈਂ ਬਲੇਹਾਰ ਜਾਵਾਂ ਵਾਰ ਨਹੀਂ ਜਾਵਾਂ। ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਬਲਿਹਾਰੀ ਹੈ ਮੈਂ ਬਲਿਹਾਰ ਜਾਵਾਂ ਵਾਰਨੇ ਜਾਵਾਂ ਕੁਦਰਤ ਕੁਦਰਤ ਦੇ ਚਾਰ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਥਾਏ ਹਨ ਪਹਿਲਾ ਹੈ ਜੀ ਸ਼ਕਤੀ ਦਾ ਕੁਦਰਤ ਸ਼ਕਤੀ ਦੇ ਰੂਪ ਵਿੱਚ ਵਰਤਿਆ ਗਿਆ ਹੈ ਦੂਸਰਾ ਕੁਦਰਤ ਕਾਇਨਾਤ ਦੇ ਰੂਪ ਵਿੱਚ ਜੋ ਸ੍ਰਿਸ਼ਟੀ ਜਗਤ ਸਾਰਾ ਨਜ਼ਰ ਆ ਰਿਹਾ ਹੈ ਤੀਸਰਾ ਹੈ ਕੁਦਰਤ ਮਾਇਆ ਦੇ ਰੂਪ ਵਿੱਚ ਔਰ ਚੌਥਾ ਆ ਗਿਆ ਕੁਦਰਤ ਸ੍ਰਿਸ਼ਟੀ ਵੀ ਹੈ ਸ਼ਕਤੀ ਦੇ ਰੂਪ ਵਿੱਚ ਕੁਦਰਤ ਕਵਣ ਕਹਾ ਵਿਚਾਰ ਤੇਰੀ ਕੁਦਰਤ ਨੂੰ ਤੇਰੀ ਸ਼ਕਤੀ ਨੂੰ ਕੌਣ ਬਿਆਨ ਕਰ ਸਕਦਾ ਹੈ ਕਾਇਨਾਤ ਕੁਦਰਤ ਕਵਣ ਹਮਾਰੀ ਜਿਵੇਂ ਇਸ ਤੁਕ ਵਿੱਚ ਆ ਰਿਹਾ ਬਲਿਹਾਰੀ ਕੁਦਰਤ ਵਸਿਆ ਕੁਦਰਤ ਕਰਕੇ ਵਸਿਆ ਸੋਏ ਪਰਮਾਤਮਾ ਉਹਦੇ ਵਿੱਚ ਵਸਿਆ ਹੋਇਆ ਹੈ ਮੈਂ ਬਲਿਹਾਰ ਜਾਂਦਾ ਹਾਂ ਤੇਰੇ ਤੋਂ ਤੂੰ ਜ਼ਰੇ ਜ਼ਰੇ ਵਿੱਚ ਵਸਿਆ ਹੈ ਅਸੀਂ ਜੇ ਇੰਨੀ ਗੱਲ ਸਮਝ ਲਈਏ ਤਾਂ ਸ਼ਾਇਦ ਰੁੱਖਾਂ ਨੂੰ ਪੱਡ ਪੱਟ ਕੇ ਬਾਹਰ ਨਾ ਸੁੱਟੀਏ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਕਿਹੜੀ ਥਾਂ ਤੇ ਕਿਹੜੀ ਥਾਂ ਐਸੀ ਹੈ ਜਿੱਥੇ ਤੂੰ ਨਹੀਂ ਹੈਂ ਵਾ ਪਰਮਾਤਮਾ ਤੂੰ ਹਰ ਥਾਂ ਤੇ ਵਸਿਆ ਹੋਇਆ ਹੈ ਜਲ-ਥਲ ਮਈਲ ਪੂਰਿਆ ਸੁਆਮੀ ਸਿਰ ਜਨਹਾਰ ਜਮੀਂ ਤੂੰ ਹੀ ਜਮਾ ਤੂੰ ਹੀ ਗਿੱਟਲ ਕੇ ਕਹ ਰਿਆ ਜਲ-ਥਲ ਮਈਲ ਪੂਰਿਆ ਰਵਿਆ ਵਿਚ ਵਣਾ ਮਹਾਰਾਜ ਕਹਿੰਦੇ ਹਨ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਤ ਮੈਂ ਕੀਆ ਓਜ ਨੀਚ ਮੈਂ ਜੋਤ ਸਮਾਣੀ ਘਟ ਘਟ ਮਾ ਦੋਜੀਆ ਜਿਵੇਂ ਹਰ ਚਿੰਗਾਰੀ ਵਿੱਚ ਅਗ ਸਮਾਈ ਹੋਈ ਹੈ ਜਿਵੇਂ ਹਰ ਪਾਣੀ ਦੀ ਬੂੰਦ ਵਿੱਚ ਸਮੁੰਦਰ ਹੈ ਹਰ ਮਿੱਟੀ ਦੇ ਜ਼ਰੇ ਵਿੱਚ ਪਹਾੜ ਸਮਾਇਆ ਹੋਇਆ ਹੈ ਜਿੱਧਰ ਵੀ ਨਜ਼ਰ ਮਾਰੋ ਇਸ ਸ੍ਰਿਸ਼ਟੀ ਦਾ ਕਰਤਾ ਆਪ ਇਸ ਵਿੱਚ ਸਮਾਇਆ ਹੋਇਆ ਹੈ ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਇੱਥੇ ਮਹਿ ਉਚਾਰਨ ਮੈਂ ਨਹੀਂ ਕਰਨਾ ਜੀ ਮਹਿ ਆਹੇ ਨੂੰ ਸਿਆਰੀ ਹੈ ਮਹਿ ਮਹਿ ਦਾ ਅਰਥ ਹੈ ਵਿਝ ਜਾਤ ਮਹਿ ਜੋਤ जात जात अर्थ कई ने किस्म भी किया है जिस, और कई ने इसका अर्थ वजूद भी किया है वजूद चाहे पत्थर दा है चाहे किसे भी चीज़ है, तेरा वजूद है। पशु पंछी बच्चा मर्द औरत हर एक विच तेरी जोत है जो बोलत है मृग मीन पंखेरू सोबिन हर जापत है नहीं होर हर वजूद विच तेरी जोत है सब में है जोत जोत है सोए ਿਸਦਾ ਚਾਨਣ ਸਭ ਮੈਂ ਚਾਨਣ ਹੋਏ ਸ਼ਬਦ ਹੈ ਜੀ ਜ਼ਮੀਨ ਜ਼ਮਾਨ ਕਹਿ ਬਿਖੇ ਸਮਸਤ ਇੱਕ ਜੋਤ ਹੈ ਜਾਤ ਮਹਿ ਜੋਤ ਜੋਤ ਮਹਿ ਜਾਤਾ ਜਾਤਾ ਦਾ ਮਤਲਬ ਜਾਣਿਆ ਇਹ ਪਰਮਾਤਮਾ ਜਿਹੜਾ ਆਤਮਕ ਸਰੂਪ ਨੂੰ ਜੋਤ ਨੂੰ ਸਮਝੇਗਾ ਉਹਨੂੰ ਸਮਝ ਪੈਗੀ ਸਾਰਿਆਂ ਵਿੱਚ ਤੇਰੀ ਹੀ ਜੋਤ ਹੈ ਜਿਹੜਾ ਆਪਣੇ ਅੰਦਰ ਆਤਮਾ ਦੇ ਸਰੂਪ ਨੂੰ ਜਾਣ ਲੇਗਾ ਪਰਮਾਤਮਾ ਦਾ ਸਰੂਪ ਜਾਣ ਲੇਗਾ ਉਹਨੂੰ ਫਿਰ ਹਰ ਇੱਕ ਵਿੱਚ ਤੇਰੀ ਜੋਤ ਆਏਗੀ ਨਜ਼ਰ ਆਏਗੀ ਜਿਹੜਾ ਜਿਸ ਦਾ ਆਪਣਾ ਹੀ ਹਿਰਦਾ ਪੱਥਰ ਹੈ ਉਹਨੂੰ ਬਾਹਰ ਕੀ ਨਜ਼ਰ ਆਣਾ ਹੈ ਉਹਨੂੰ ਬਾਹਰ ਵੀ ਸਾਰਾ ਕੁਝ ਪੱਥਰ ਹੀ ਨਜ਼ਰ ਆਏਗਾ ਜਿਸ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਦੀਵਾ ਜਗ ਰਿਹਾ ਹੈ ਉਹਨੂੰ ਫਿਰ ਹਰ ਜ਼ਰਰੇ ਵਿੱਚ ਉਸ ਪਰਮਾਤਮਾ ਦੀ ਜੋਤ ਜੋਤ ਜੋ ਹੈ ਨਜ਼ਰ ਆਏਗੀ ਅਕਲ ਕਲਾ ਭਰਪੂਰ ਰਹਾ ਇੱਥੇ ਸਪੈਲਿੰਗ ਧਿਆਨ ਦੇਣਾ ਜੀ ਰਹਾ ਰਾਰਾ ਹਾਹੇ ਨੂੰ ਸਿਹਾਰੀ ਆੜੇ ਨੂੰ ਕੰਨਾ ਹੈ ਰਹਾ ਸ਼ਬਦ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਨਹੀਂ ਆਇਆ ਜੀ ਅਕਲ ਕਲਾ ਭਰਪੂਰ ਰਹਾ ਅਕਲ ਅਕਲ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਕਰਦੇ ਹਾਂ ਜੀ ਜਿਹਦੇ ਟੁਕੜੇ ਨਾ ਕੀਤੇ ਜਾ ਸਕਣ ਭਾਈ ਵੀਰ ਸਿੰਘ ਜੀ ਤੇ ਪ੍ਰਿੰਸੀਪਲ ਤੇਜਾ ਸਿੰਘ ਜੀ ਅਨੁਸਾਰ ਕਲਾ ਦਾ ਮਤਲਬ ਸ਼ਕਤੀ ਇਸ ਦੇ ਅੱਗੇ ਆੜਾ ਅਗੇਤਰ ਲਗਾਇਆ ਅਕਲ ਉਹ ਆਪ ਸ਼ਕਤੀ ਨਾਲ ਪੈਦਾ ਨਹੀਂ ਹੋਇਆ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਕੋਲ ਕੋਈ ਸ਼ਕਤੀ ਨਹੀਂ ਹੈ ਉਹ ਉਹਨੂੰ ਪੈਦਾ ਕਰਨ ਵਾਸਤੇ ਕੋਈ ਐਸੀ ਸ਼ਕਤੀ ਨਹੀਂ ਹੈ ਜਿਹੜੀ ਉਹਨੂੰ ਪੈਦਾ ਕਰ ਸਕੇ ਉਹ ਆਪ ਕਿਸੇ ਵੀ ਸ਼ਕਤੀ ਤੋਂ ਪੈਦਾ ਨਹੀਂ ਹੋਇਆ ਪਰ ਹਰ ਚੀਜ਼ ਵਿੱਚ ਉਸ ਦੀ ਸ਼ਕਤੀ ਹੈ ਹਰ ਚੀਜ਼ ਉਸਦੀ ਸ਼ਕਤੀ ਦੇ ਨਾਲ ਚੱਲ ਰਹੀ ਹੈ ਭਾਵੇਂ ਉਸ ਨੂੰ ਕਿਸੇ ਨੇ ਕੋਈ ਸ਼ਕਤੀ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਹਨੂੰ ਪੈਦਾ ਕਰ ਸਕੇ ਪਰ ਹਰ ਸ਼ੈ ਹਰ ਚੀਜ਼ ਜੋ ਸਾਨੂੰ ਨਜ਼ਰ ਆ ਰਹੀ ਹੈ ਦ੍ਰਿਸ਼ਟਮਾਨ ਜਗਤ ਵਿੱਚ ਉਸਦੀ ਸ਼ਕਤੀ ਹਰ ਥਾਂ ਸਮਾਈ ਹੋਈ ਹੈ ਉਹ ਅਨਪੂਰਕਾਸ਼ ਹੈ ਜਿਵੇਂ ਚિત੍ਰਕਾਰ ਨੇ ਤਸਵੀਰ ਬਣਾਈ ਉਸ ਵਿੱਚ ਰੰਗ ਪਰਿਆ ਕਹਿੰਦੇ ਹਨ ਤਸਵੀਰ ਨੂੰ ਹੋ ਬੋਲ ਪਈ ਤਸਵੀਰ ਵਿੱਚ ਇੰਨੀ ਜਾਨ ਪਾ ਦਿੱਤੀ ਕਿ ਉਹ ਬਹੁਤ ਹੀ ਸੁੰਦਰ ਬਣੀ ਉਸ ਵਿੱਚ ਸ਼ਕਤੀ ਨਜ਼ਰ ਆ ਰਹੀ ਹੈ ਚિત੍ਰਕਾਰ ਦੀ ਸ਼ਕਤੀ ਨਜ਼ਰ ਆ ਰਹੀ ਹੈ ਤਸਵੀਰ ਰਚਨਕਾਰ ਦੀ ਸ਼ਕਤੀ ਹੈ ਪਰ ਤਸਵੀਰ ਚિત੍ਰਕਾਰ ਨੂੰ ਤਾਂ ਨਹੀਂ ਨਾ ਬਣਾ ਸਕਦੀ ਚੱਚਾ ਰਚਿਤ ਚਿੱਤਰ ਹੈ ਪਾਰੀ ਤਜ ਚਿੱਤਰੈ ਚੇਤੋ ਚਿਤਕਾਰੀ ਚਿੱਤਰ ਬਚਿੱਤਰ ਇਹ ਹੈ ਅਵਚੇਰਾ ਤਜ ਚਿੱਤਰੈ ਚਿਤਰਾਖ ਚਿਤੇਰਾ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਸੱਚਾ ਸਾਹਿਬ देखो जिथे भी यह शब्द आया है साहेब सच्चा साहेब का शब्द जरूर आया है कि तू सचा साहिबोजन कित सो पाशाह पात साहिब हर एक सच्चा साहिब सच्चा किमाचा है, है देखो संसार दी हर चीज अगर झूठी है ना आज मैं किसी जमीन दी मालिक हाँ मेरे को बहुत जमीना हम सारा कुछ है ਕੁੱਛੇ ਵਾਸਤੇ ਹਨ ਕੱਲ ਮੈਂ ਨਹੀਂ ਹਾਂ ਤਾਂ ਇਹ ਜ਼ਮੀਨਾਂ ਅੱਗੋਂ ਕਿਸੇ ਹੋਰ ਦੇ ਨਾਮ ਹੋ ਜਾਣੀਆਂ ਕਿਸੇ ਹੋਰ ਵਿੱਚ ਵੰਡੀਆਂ ਜਾਣਗੀਆਂ ਹੁਣ ਉਸ ਦਾ ਮਾਲਕ ਉਹ ਨਹੀਂ ਰਹਿ ਗਿਆ ਜੋ ਪਹਿਲੇ ਸੀ ਹੁਣ ਪਰਮਾਤਮਾ ਨੂੰ ਸੱਚਾ ਸਾਹਿਬ ਕਿਉਂ ਕਾ ਕਿਉਂ ਹਮੇਸ਼ਾ ਤੋਂ ਮਾਲਕ ਉਹੀ ਹੈ ਹਰ ਚੀਜ਼ ਦਾ ਹਰ ਸ਼ੈ ਦਾ ਸੱਚਾ ਸਾਹਿਬ ਉਹ ਪਰਮਾਤਮਾ ਆਪ ਹੈ ਸੰਸਾਰ ਦਾ ਹਰ ਮਾਲਕ ਝੂਠਾ ਹੈ ਕੇਵਲ ਤੂੰ ਹੀ ਸੱਚਾ ਹੈ ਜਿਵੇਂ ਕਿਸੇ ਦੇਸ਼ ਦਾ ਚਾਹੇ ਪ੍ਰਾਈਮ ਮਿਨਿਸਟਰ ਹੋ ਜਾਏ ਜਾਂ ਕੋਈ ਉੱਚੀ ਪਹੁੰਚ ਵਾਲਾ ਹੈ ਸੀਡੀਸੀ ਕੋਲ ਗਏ ਜੀ ਫਲਾਣੇ ਕੋਲ ਗਏ ਜੀ ਆਪਣਾ ਕੰਮ ਕਰਾਉਣ ਵਾਸਤੇ ਅੱਜ ਅਸੀਂ ਕਰਾਇਆ ਤੇ ਉਹਨੇ ਕਰ ਦਿੱਤਾ ਅਸੀਂ 5 ਸਾਲ ਬਾਅਦ 10 ਸਾਲ ਬਾਅਦ ਜਦੋਂ ਆਉਦੀ ਉਹ ਪੋਸਟ ਨਹੀਂ ਰਹਿ ਜਾਏਗੀ ਉਦੋਂ ਉਹਦੇ ਕੋਲ ਉਹ ਚੀਜ਼ ਲੈ ਕੇ ਜਾਵਾਂਗੇ ਕਿ ਸਾਡੇਆਂ ਤੁਹਾਡੇ ਸਾਈਨ ਚੱਲ ਜਾਣਗੇ ਜੀ ਤੁਸੀਂ ਸਾਈਨ ਕਰ ਦਿਓ ਸਾਡਾ ਕੰਮ ਹੋ ਜਾਏਗਾ ਉਤੇ ਕਹੇਗਾ ਨਾ ਮੇਰੇ ਕੋਲ ਹੁਣੇ ਸ਼ਕਤੀ ਨਹੀਂ ਹੈ ਹੁਣ ਮੈਂ ਉਸ ਸੀਟ ਤੇ ਨਹੀਂ ਹਾਂ ਕਿ ਮੈਂ ਅਗਰ ਸਾਈਨ ਕਰਾਂ ਤੇ ਮੇਰੇ ਸਾਈਨ ਇਸ ਤਾਕਤ ਵਿੱਚ ਚੱਲ ਜਾਣਗੇ ਪਰਮਾਤਮਾ ਕੀ ਹੈ ਹਰ ਰੂਪ ਵਿੱਚ ਸੱਚਾ ਹੈ ਤੋ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਤੋ ਸੱਚਾ ਹੈ ਤੇਰੀ ਵਡਿਆਈ ਸੱਚੀ ਹੈ ਸਿਫਤ ਸਵਾਲਿਓ ਤੇਰੀ ਵਡਿਆਈ ਸੱਚੀ ਹੈ ਜਿਨ੍ਹਾਂ ਨੇ ਤੇਰੀ ਸਿਫਤ ਸਲਾਹਣਾ ਕੀਤੀ ਉਹ ਪਾਰ ਲੰਘ ਗਏ ਤੋ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਸਿਫਤ ਸਲਾਹਣਾ ਜਿਨ੍ਹਾਂ ਨੇ ਤੇਰੀ ਕੀਤੀ ਹੈ ਉਹ ਵਿਪਾਰ ਲੰਘੇ ਹਨ ਹਰਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜਿਨ ਹਰਮਨ ਵਸਿਆ ਸੇ ਦਰਸਾਚੇ ਦਰਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮਿਟਣ ਹ ਸੱਚੀ ਕਾਂਸੀ ਦਾ ਪਾਂਡਾ ਅਗਰ ਉਹ ਟੁੱਟ ਜਾਏ ਆਗ ਬਿਲਾ ਕੇ ਉਹਨੂੰ ਸੇਕ ਦੇ ਕੇ ਜੋ ਰਚਨ ਹਾਰ ਹਨ ਉਹਨੂੰ ਜੋੜਦੇ ਹਨ ਲੋਹੇ ਦਾ ਪਾਂਡਾ ਹੋਏ ਉਹਨੂੰ ਜੋੜਦੇ ਹਨ ਅਗ ਦਾ ਸੇਕ ਦੇ ਕੇ ਪਿੱਤਲ ਦਾ ਪਾਂਡਾ ਹੈ ਪਿੱਤਲ ਦੀ ਕੋਈ ਚੀਜ਼ ਹੈ ਟੁੱਟ ਜਾਏ ਉਹਨੂੰ ਟਾਂਕਾ ਦਿੱਤਾ ਜਾਂਦਾ ਹੈ ਅਗਨੀ ਦਾ ਯੂਜ਼ ਕਰਕੇ ਉਹਨੂੰ ਜੋੜ ਦਿੱਤਾ ਜਾਂਦਾ ਹੈ ਸੋਨਾ ਹੈ ਸੋਨਾ ਟੁੱਟ ਜਾਏ ਉਹਨੂੰ ਵੀ ਜੋੜਨ ਦਾ ਵਿਦਾਨ ਹੈ ਅਗਨੀ ਦੇ ਰੂਪ ਵਿੱਚ ਪਾਹ ਹਰ ਚੀਜ਼ ਕਾਂਸੀ ਲੋਹਾ ਪਿੱਤਲ ਸੋਨਾ ਕੋਈ ਵੀ ਤਾਤ ਹੋਵੇ ਉਹਨੂੰ ਜੋੜਨ ਲਈ ਟੁੱਟੇ ਹੋਏ ਪਾਂਡੇ ਨੂੰ ਅਗਨੇ ਕੀ ਕੀਤਾ ਗੰਡ ਦਾ ਕੰਮ ਕੀਤਾ ਹੈ ਤੇ ਜਿਵੇਂ ਰੱਬ ਤੋਂ ਜਿਹੜਾ ਟੁੱਟਿਆ ਹੋਇਆ ਬੰਦਾ ਹੋਏਗਾ ਉਸ ਨੂੰ ਕਿਵੇਂ ਗੰਡਿਆ ਜਾ ਸਕਦਾ ਹੈ ਉਹਨੂੰ ਗੰਡਣ ਦੀ ਬੜੀ ਸੋਖੀ ਜੀ ਜੁਗਤੀ ਸਾਡੇ ਗੁਰਗ੍ਰੰਥ ਸਾਹਿਬ ਜੀ ਵਿੱਚ ਦੱਸੀ ਗਈ ਹੈ ਜੀ ਪਰਮਾਤਮਾ ਦੀ ਸਿਫਤ ਸਲਾਹਣਾ ਸਿਰਫ ਇਹ ਜੋ ਹੈ ਪਰਮਾਤਮਾ ਨਾਲ ਸਾਡੀ ਗੰਡ ਜੋੜ ਦੇਗੀ ਜਦੋਂ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਰਾਂਗੇ ਕਿ ਹਾਂ ਕੰਚਨ ਟੁੱਟੇ ਸਾਰ ਅਗਨੀ ਗੰਡ ਪਾਈ ਲੋਹਾਰ ਅੱਗੇ জ্বল ਕੇ ਕਹਿ ਰਹੇ ਹਨ ਇਸ ਸ਼ਬਦ ਵਿੱਚ ਨਾਨਕ ਆਖੇ ਇਹ ਵਿਚਾਰ ਸਿਫਤੀ ਗੰਡ ਪਵੇ ਸੰਸਾਰ ਕਿ ਪਰਮਾਤਮਾ ਦੇ ਨਾਮ ਦੀ ਸਲਾਹਣਾ ਕਰਨੀ ਸਾਨੂੰ ਪਰਮਾਤਮਾ ਦੇ ਨਾਲ ਜੋੜ ਦੇਗੀ ਜਿਨੀ ਨਾਮ ਤੇ ਆਇਆ ਗਏਮ ਸਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਮ ਨਾਮ ਧਿਆਣਾ ਹੈ ਨਾਮ ਸਿਮਰਨਾ ਹੈ ਨਾਮ ਹੀ ਜਪਣਾ ਹੈ ਜਦੋਂ ਅਸੀਂ ਨਾਮ ਦੇ ਨਾਲ ਜੁੜ ਜਾਵਾਂਗੇ ਤੇ ਸਾਨੂੰ ਪਰਮਾਤਮਾ ਆਪਣੇ ਆਪ ਹੀ ਆਪਣੇ ਨਾਲ ਜੋੜ ਜੋੜ ਲਏਗਾ ਜੀ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਗੁਰੂ ਸਾਹਿਬ ਕਹਿ ਰਹੇ ਹਨ ਤਨ ਗੁਰ ਨਾਨਕ ਸਾਹਿਬ ਜੀ ਇੱਥੇ ਫਰਮਾਨ ਕਰ ਰਹੇ ਹਨ ਕਰਤੇ ਕੀਆ ਬਾਤਾਂ ਕਿ ਪਰਮਾਤਮਾ ਆਪਣੀਆਂ ਬਾਤਾਂ ਆਪ ਜਾਣਦਾ ਹੈ ਕਰਤੇ ਕੀਆ ਬਾਤਾਂ ਹਨ ਸਾਨੂੰ ਨਹੀਂ ਪਤਾ ਅਗਲੇ ਅੱਖ ਦੇ ਕੋਰ ਵਿੱਚ ਕੀ ਹੋਣਾ ਹੈ ਪਰਮਾਤਮਾ ਜਾਣਦਾ ਹੈ ਤੇ ਜੋ ਕਰਨਾ ਚਾਹੁੰਦਾ ਹੈ ਉਹ ਕਰਕੇ ਰਹਿੰਦਾ ਹੈ ਉਹਨੂੰ ਕਿਸੇ ਤੋਂ ਆਗਿਆ ਲੈਣ ਦੀ ਲੋੜ ਨਹੀਂ ਹੈ ਕਿਸੇ ਦੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੈ ਕਿਸੇ ਵੱਲ ਦੇਖਣ ਦੀ ਜ਼ਰੂਰਤ ਨਹੀਂ ਹੈ ਉਸਨੇ ਜੋ ਕਰਨਾ ਹੈ ਆਪਣੀ ਮਰਜ਼ੀ ਦਾ ਮਾਲਿਕ ਉਹ ਆਪ ਹੈ ਜੋ ਕੁਝ ਕਰਨਾ ਸੋ ਕਰ ਰਿਹਾ ਇਸ ਤੁਕ ਵਿੱਚ ਗੁਰੂ ਨਾਨਕ ਸਾਹਿਬ ਪ੍ਰਮਾਨ ਕਰ ਰਹੇ ਹਨ ਕਿ ਕਰਤਾਰ ਦੀ ਸਿਫਤ ਸਲਾ ਕਰ ਨਾਨਕ ਤੂੰ ਹੀ ਕਰਤਾਰ ਦੀ ਸਿਫਤ ਸਲਾ ਕਰ ਤੇ ਆਖ ਕਿ ਪ੍ਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ ਭਾ ਉਸ ਦੇ ਕੰਮਾਂ ਵਿੱਚ ਕਿਸੇ ਦਾ ਦਖਲ ਨਹੀਂ chal ਸਕਦਾ ਸੰਗਤ ਜੀ ਇਨੀ ਹੀ ਸੇਵਾ ਪ੍ਰਵਾਨ ਕਰਨੀ ਜੀ ਸੇਵਾ ਕਰਦੇ ਆ ਹੋਈਆਂ ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ